ਪੰਜਾਬੀ ਦਾ ਕੁਐਸਚਨ ਹੈ ਪੀ ਐਸ ਟੈਟ 2023 ਦਾ ਐਮ ਸੀ ਕਿਊ 30 ਹਨ। ਹਰ ਕੁਐਸਚਨ ਐਮ ਸੀ ਕਿਊ ਵਿੱਚ ਆਪਸ਼ਨ 4 ਹੁੰਦੇ ਹਨ, ਉਹ 4 ਆਪਸ਼ਨ ਨੂੰ ਮੈਂ ਵੰਡਿਆ ਹੈ ਕਿ ਉਹਨਾਂ ਦੀ ਲੰਬਾਈ ਕਿੰਨੀ ਹੈ। ਇੱਕ ਸ਼ਬਦ ਵਾਲੇ ਕੁਐਸਚਨ ਉਹ ਪੀ ਐਸ ਟੈਟ 2023 ਵਿੱਚ 18 ਕੁਐਸਚਨ ਮਿਲੇ ਹਨ। ਇਸ ਤੋਂ ਇਲਾਵਾ 2 ਸ਼ਬਦਾਂ ਵਾਲੇ ਕੁਐਸਚਨ ਉਹ ਬਹੁਤ ਹੀ ਘੱਟ ਨੇ ਮੇਰੇ ਕੋਲ, 2 ਕੁਐਸਚਨ ਨੇ ਵੈਸੇ ਇੱਥੇ, ਇਹਨਾਂ ਨੂੰ ਜੇ ਡਿਵਾਈਡ ਕਰਨਾ ਹੈ 2 ਇੱਥੇ ਲਿਖ ਸਕਦੇ ਹਾਂ, ਔਰ ਬਾਕੀ ਬਚੇ ਇਸ ਤੋਂ ਵੱਧ ਵਾਲੇ ਕੁਐਸਚਨ ਜਾਂ ਸਾਰੇ ਮਿਲਾ ਕੇ ਬਣ ਗਏ 12, ਜੇ ਇਹ ਮੰਨੇ ਹਨ ਤਾਂ 10। ਇਹ ਜੋ ਕੁਐਸਚਨ ਹਨ ਇਹਨਾਂ ਨੂੰ ਕਾਮਨ ਰੀਜ਼ਨਿੰਗ ਨਾਲ, ਆਪਣੀ ਸ਼ਬਦਾਵਲੀ ਨਾਲ, ਕਾਮਨ ਸੈਂਸ ਨਾਲ ਸੋਲਵ ਕੀਤਾ ਜਾ ਸਕਦਾ ਤਾਂ ਹੋ ਜਾਂਦੇ ਹਨ। ਇਹਨਾਂ 'ਚ ਜੇ ਨੁਕਤਾ ਕੋਈ ਅਪਲਾਈ ਕਰਨਾ ਹੈ ਤਾਂ ਆਡ ਮੈਨ ਆਊਟ ਜਿਹੜੇ ਆਪਸ ਵਿੱਚ ਮੈਚ ਨਹੀਂ ਕਰਦੇ ਉਸ ਨੂੰ ਬਾਹਰ ਕੱਢ ਦਿਓ, ਮਤਲਬ ਉਹ ਰਾਈਟ ਆਨਸਰ ਹੋਏਗਾ। ਇਸ ਤੋਂ ਇਲਾਵਾ ਜੇ 2 ਵਿਰੋਧੀ ਆਪਸ਼ਨ ਮਿਲਦੀਆਂ ਹਨ ਤਾਂ ਉਹਨਾਂ ਵਿੱਚ ਰਾਈਟ ਆਨਸਰ ਛੁਪਿਆ ਹੁੰਦਾ ਹੈ। ਹਾਂ, ਜੇ 2 ਸਮਾਨ ਆਪਸ਼ਨ ਹਨ ਇੱਕੋ ਜਿਹੀਆਂ, ਉਹਨਾਂ ਉਹ ਦੋਨੋਂ ਹੀ ਗਲਤ ਹੁੰਦੀਆਂ ਹਨ। ਇਹ ਸਿਧਾਂਤ ਬਣ ਰਹੇ ਨੇ, ਇੰਗਲਿਸ਼ ਵਿੱਚ ਵੀ ਇਹੀ ਦੱਸਿਆ ਹੈ। ਹਾਂ, 12 ਕੁਐਸਚਨ ਦੇ ਵਿੱਚ ਇਸ ਵੀਡੀਓ ਦਾ ਥੋੜ੍ਹਾ ਜਿਹਾ ਫਾਇਦਾ ਹੋ ਸਕਦਾ ਹੈ, ਇੰਗਲਿਸ਼ ਵਿੱਚ ਜ਼ਿਆਦਾ ਫਾਇਦਾ ਹੋਏਗਾ, ਪੰਜਾਬੀ ਵਿੱਚ ਘੱਟ ਤੁਹਾਨੂੰ। ਇਹਦੇ ਵਿੱਚ ਇਹਨਾਂ ਨੂੰ ਅਸੀਂ ਕਹਿ ਰਹੇ ਹਾਂ, ਇਹ ਜਿਹਨਾਂ ਦੇ 2, 3 ਜਾਂ 4 ਤੋਂ ਵੱਧ ਸ਼ਬਦ ਨੇ ਇਹਨਾਂ ਨੂੰ ਕਹਿ ਰਹੇ ਹਾਂ ਲੰਬੀ ਪੂੰਛ ਵਾਲਾ, ਲੰਬੀ ਪੂੰਛ ਵਾਲਾ, ਲੰਬੀ ਪੂੰਛ ਵਾਲੇ ਆਪਸ਼ਨ। ਹੁਣ ਲੰਬੀ ਪੂੰਛ ਵਾਲੇ ਆਪਸ਼ਨ ਵਿੱਚ ਦਾ ਅਨਾਲਿਸਿਸ ਕੀਤਾ ਹੈ, ਇਹਦੇ ਵਿੱਚੋਂ 1, 2, 3, 4 ਆਪਸ਼ਨ ਜਿਹੜੇ ਕਰੈਕਟ, 4 ਦੇ 4 ਹੀ ਨਿਕਲ ਰਹੇ ਨੇ। ਇਹ ਬੜਾ ਅਜੀਬ ਜਿਹਾ ਹੈ, ਇਹ 4 ਅਜਿਹੇ ਆਪਸ਼ਨ ਜਿਹਨਾਂ ਦੀ ਲੰਬੀ ਪੂੰਛ ਸੀ ਉਹ 4 ਦੇ 4 ਹੀ ਲੰਬੀ ਪੂੰਛ ਵਾਲਾ ਹੀ ਰਾਈਟ ਆਨਸਰ ਹੈ। ਇਹ ਨੁਕਤਾ ਮਿਲਿਆ, ਇਸ ਤੋਂ ਸਾਨੂੰ ਪਤਾ ਲੱਗਾ ਕਿ ਲੰਬੀ ਪੂੰਛ ਵਾਲੇ ਨੂੰ, ਜੇ ਸਾਡੀ ਰੀਜ਼ਨਿੰਗ ਜਾਂ ਸਾਨੂੰ ਸਵਾਲ ਦਾ ਜਵਾਬ ਨਹੀਂ ਆਉਂਦਾ, ਲੰਬੀ ਪੂੰਛ ਵਾਲੇ ਨੂੰ ਪ੍ਰੈਫਰ ਕੀਤਾ ਜਾਵੇ। ਦੂਜੀ ਗੱਲ, ਜੇ ਲੰਬੀ ਪੂੰਛ ਵਾਲੇ ਦੇ ਨਾਲ, ਇਹ ਲੰਬੀ ਪੂੰਛ ਵਾਲਾ ਹੈ, ਇਸ ਨੂੰ ਬਲੈਕ ਪੈਨ ਲੈ ਕੇ ਮੈਂ ਇੱਧਰੋਂ ਐਰੋ ਕਰ ਦਿੱਤਾ, ਇਹ ਨਾਲ ਆਪਸ਼ਨ ਦੂਸਰਾ ਆਇਆ ਹੈ ਨਨ ਆਫ ਦੀਜ਼, ਸੋਰੀ ਆਲ ਆਫ ਅਬਵ, ਉਪਰੋਕਤ ਸਾਰੇ, ਤਾਂ ਲੰਬੀ ਪੂੰਛ ਅਤੇ ਬਾਕੀ ਜਿਹੜੀਆਂ 3 ਆਪਸ਼ਨ ਹਨ, 1 ਆਪਸ਼ਨ ਐਡੀ ਹੈ, ਦੂਜੀ ਐਡੀ ਹੈ, ਤੀਸਰੀ ਐਡੀ ਹੈ, ਔਰ ਲਾਸਟ 'ਤੇ ਉਪਰੋਕਤ ਸਾਰੇ ਹੈ, ਉਪਰੋਕਤ ਸਾਰੇ, ਤਾਂ ਰਾਈਟ ਆਨਸਰ ਉਪਰੋਕਤ ਸਾਰੇ ਆ ਰਿਹਾ ਹੈ। ਇਟ ਮੀਨਸ ਲੰਬੀ ਪੂੰਛ ਵਾਲੇ 'ਚ ਉਪਰੋਕਤ ਆਨਸਰ, ਉਪਰੋਕਤ ਵਾਲੇ ਨੂੰ ਪ੍ਰੈਫਰ ਕੀਤਾ ਜਾ ਸਕਦਾ ਹੈ ਜਦੋਂ ਰੀਜ਼ਨਿੰਗ ਕੰਮ ਨਹੀਂ ਕਰਦੀ ਜਾਂ ਨੌਲੇਜ ਨਹੀਂ ਹੈ। ਦੂਸਰਾ, ਜੇ ਇਹਦੇ ਵਿੱਚ ਹੋਰ ਇਹ ਆ ਰਿਹਾ ਹੈ ਕਿ ਆਪਸ਼ਨ 1, ਨੰਬਰ 1, ਨੰਬਰ 2, ਤੀਜੀ ਆਪਸ਼ਨ ਆ ਰਹੀ ਹੈ, ਦੋਵੇਂ ਉਪਰੋਕਤ ਦੋਵੇਂ ਹੈ ਨਾ, ਅਜਿਹੇ ਕੁਐਸਚਨ ਮੈਨੂੰ ਮਿਲੇ ਹਨ 1, 2, 3, 4 ਕੁਐਸਚਨ ਮਿਲੇ ਨੇ ਜਿਹਨਾਂ ਦੀ ਇਹ ਲੰਬੀ ਪੂੰਛ ਵੀ ਹੈ ਅਤੇ ਦੋਵੇਂ ਵੀ ਹੈ, ਔਰ ਦੋਵੇਂ ਵਾਲਾ ਰਾਈਟ ਆਨਸਰ ਮਿਲਿਆ ਹੈ 4 'ਚੋਂ 4। ਔਰ ਜਿਹੜੇ ਆਲ ਆਫ ਦੀ ਅਬਵ ਵਾਲੇ ਮਿਲੇ ਹਨ 1, 2, 3, 3 ਉਹ ਮਿਲੇ ਨੇ, ਉਹ 3 'ਚੋਂ ਆਹ ਵਾਲੇ 3 'ਚੋਂ 3 ਠੀਕ ਨੇ, ਇੱਥੇ 3 ਲਿਖ ਦਿੱਤਾ। ਹਿਟ ਮੀਨਸ ਨੁਕਤਾ ਕੀ ਬਣ ਰਿਹਾ ਹੈ, ਅੱਛਾ, ਨਨ ਆਫ ਦੀਜ਼ ਵਾਲੇ ਕੁਐਸਚਨ ਟੋਟਲ 7 ਮਿਲੇ ਨੇ ਔਰ 7 ਦੇ ਵਿੱਚੋਂ ਕੋਈ ਵੀ ਠੀਕ ਨਹੀਂ ਹੈ। ਕੀ ਨੁਕਤਾ ਮਿਲ ਰਿਹਾ ਹੈ, ਇਸ ਨੂੰ ਸਮਝ ਲਓ। ਜਦੋਂ ਤਾਂ ਲੰਬੀ ਪੂੰਛ ਵਾਲਾ ਆਨਸਰ ਹੈ ਤਾਂ ਉਸਨੂੰ ਪ੍ਰੈਫਰ ਕੀਤਾ ਜਾਵੇ, ਗਿਆਨ ਨਹੀਂ ਹੈ, ਨੰਬਰ 1। ਜਦੋਂ ਲੰਬੀ ਪੂੰਛ ਦੇ ਵਿੱਚ ਆਪਸ਼ਨ ਆਲ ਆਫ ਦੀ ਅਬਵ ਹੈ ਤਾਂ ਆਲ ਆਫ ਅਬਵ ਨੂੰ ਪ੍ਰੈਫਰ ਕੀਤਾ ਜਾਵੇ। ਜਦੋਂ ਲੰਬੀ ਪੂੰਛ ਦੇ ਨਾਲ ਬੋਥ ਆਇਆ ਹੈ, ਦੋਵੇਂ ਆਇਆ ਹੈ, ਤਾਂ ਦੋਵੇਂ ਨੂੰ ਪ੍ਰੈਫਰ ਕੀਤਾ ਜਾਵੇ। ਜਦੋਂ ਗਿਆਨ ਨਹੀਂ ਹੈ ਉਦੋਂ ਲਈ ਨੁਕਤੇ ਦੱਸ ਰਿਹਾ ਹਾਂ। ਜੇਕਰ ਲੰਬੀ ਪੂੰਛ ਜਾਂ ਹੋਰ ਕੋਈ ਵੀ ਕੁਐਸਚਨ ਇਹਨਾਂ 'ਚੋਂ ਆਇਆ ਹੈ ਉਹਦੇ ਵਿੱਚ ਨਨ ਆਫ ਦੀਜ਼ ਆਪਸ਼ਨ ਹੈ ਤਾਂ ਜ਼ਿਆਦਾਤਰ, ਇੱਥੇ 100% ਸਾਨੂੰ ਮਿਲਿਆ ਹੈ, ਲੇਕਿਨ ਮੈਂ 95% ਕਹਿ ਰਿਹਾ ਹਾਂ ਕਿ ਉਹ ਨਨ ਆਫ ਦੀਜ਼ ਆਪਸ਼ਨ ਗਲਤ ਹੋ ਰਿਹਾ ਹੈ। ਇਸ ਪੇਪਰ ਵਿੱਚ ਨਨ ਆਫ ਦੀਜ਼ ਲਗਭਗ 95-96-97% ਗਲਤ ਹੀ ਮਿਲਿਆ ਹੈ। ਸੋ ਇਹਨਾਂ ਨੂੰ ਤੁਸੀਂ ਅਪਲਾਈ ਕਰ ਸਕਦੇ ਹੋ। ਪੈਰਾ ਵੈਸੇ ਈਜ਼ੀ ਹੁੰਦਾ ਹੈ, ਲੇਕਿਨ ਬਿਨਾਂ ਪੈਰੇ ਪੜ੍ਹੇ ਤੋਂ ਵੀ ਆਪਣੇ ਪੂਰਵ ਗਿਆਨ ਨੂੰ ਕਈ ਕੁਐਸਚਨ ਵਰਤ ਕੇ ਤੁਸੀਂ ਸੋਲਵ ਕਰ ਸਕਦੇ ਹੋ। ਕੋਸ਼ਿਸ਼ ਕਰੋ ਉਹ ਵਰਤ ਕੇ ਸੋਲਵ ਕਰ ਲਓ। ਜੇਕਰ ਟਾਈਮ ਹੈ ਤਾਂ ਪੈਰੇ ਨੂੰ ਪੂਰੀ ਤਰ੍ਹਾਂ ਪੜ੍ਹਿਆ ਜਾਵੇ। ਕਿਸੇ ਹੋਰ ਤਰ੍ਹਾਂ ਦਾ ਸਵਾਲ ਹੋਵੇ ਤੁਸੀਂ ਆਰਡਰ ਕਰ ਸਕਦੇ ਹੋ। ਲਰਨ ਟੂ ਐਕਚੁਲਾਈਜ਼, ਡਾਕਟਰ ਤੀਰਥ ਸਿੰਘ, ਥੈਂਕ ਯੂ।